सत श्री अकाल नमस्ते आदाब ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਵਲੌਗ ਚੈਨਲ ਜਿਹਦਾ ਨਾਮ ਹੈ ਤਿਸ਼ਾ ਲਾਲੀ ਵਲੌਗਸ। ਸੋ ਅੱਜ ਅਸੀਂ ਚੱਲੇ ਹਾਂ ਔਰ ਦਾ ਬਰਥਡੇ ਮੰਥ ਸਟਾਰਟ ਹੋ ਗਿਆ ਹੈ, ਮਤਲਬ ਬਰਥਡੇ ਵੀ ਇੱਕ ਦੋ ਦਿਨ ਚ ਹੀ ਹੈ। ਸੋ ਫਿਰ ਸਾਨੂੰ ਟਾਈਮ ਨਹੀਂ ਲੱਗਣਾ ਤਾਂ ਕਰਕੇ ਅਸੀਂ ਅੱਜ ਚੱਲੇ ਔਰ ਦਾ ਗਿਫਟ ਲੈ। ਪ੍ਰਾਈਸ ਸਾਨੂੰ ਹੀ ਮਿਲ ਜਾਣਾ ਸੀ ਬਿਕੋਜ਼ ਸਾਈਜ਼ ਵਗੈਰਾ ਚੈੱਕ ਕਰਕੇ ਲਿਆਉਣੀ ਚਾਹੀਦੀ ਹੈ। ਆਰਵ ਦਾ ਸੋ ਗਾਇਜ਼ ਹੁਣ ਅਸੀਂ ਚੱਲੇ ਹਾਂ ਉੱਥੇ ਪਿਊਮਾ ਵਾਲਿਆਂ ਦੇ। ਤਾਂ ਆਰਵ ਦੇ 8 ਸਾਲ ਸੀ ਜਦੋਂ ਇਹ ਟਾਈਮ ਦੇ ਸੀ, ਅਸੀਂ ਤਾਂ ਸਾਨੂੰ ਪਤਾ ਵੀ ਨਹੀਂ ਸੀ ਪਿਊਮਾ ਕੀ ਹੁੰਦਾ। ਇਹ ਮੁੰਡਾ ਪਿਊਮਾ ਦੇ ਸ਼ੂ ਲੈਣ ਲੱਗਾ ਬਰਥਡੇ ਤੇ। ਸੋਚੋ ਲਾ ਤੁਹਾਨੂੰ ਸਿੱਧਾ ਮੁੱਲਦੇ। ਸੋ ਅਸੀਂ ਜਾ ਰਹੇ ਸੀ ਈਸਟ ਰੋਡ ਵੱਲ ਨੂੰ, ਸਾਨੂੰ ਰਾਜ ਮਿਲ ਗਏ ਹਸਨ ਮਾਨਕ ਜੀ। ਸੋ ਅਸੀਂ ਰੋਕ ਕੇ ਉਹਨਾਂ ਨੂੰ ਮਿਲੇ। ਅਸੀਂ ਚੱਲੇ ਸੀ ਪਿਊਮਾ ਵਾਲੇ, ਮੈਂ ਤੁਹਾਨੂੰ ਬਾਅਦ ਚੋਂ ਗੱਲ ਕਰਦੀ ਹਾਂ, ਮੈਨੂੰ ਨਾ ਲਾਈਟ ਨਹੀਂ ਸਹੀ ਆਉਂਦੀ ਪਈ। ਸੋ ਲਓ ਜੀ ਪਹੁੰਚ ਗਏ ਸੀਗੇ ਤੇ ਰਾਜ ਸਾਨੂੰ ਹਸਨ ਮਾਨਕ ਸਾਹਿਬ ਮਿਲੇ ਸੀਗੇ। ਸੋ ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀਗੇ। ਸੋ ਮੈਂ ਦੇਖਿਆ ਤੇ ਗੱਡੀ ਬੈਕ ਕੀਤੀ, ਉਹਨਾਂ ਨਾਲ ਮਿਲੇ, ਬਹੁਤ ਵਧੀਆ ਲੱਗਾ। ਫਸਟ ਟਾਈਮ ਮਿਲੇ ਆ ਉਦਾਂ ਵੈਸੇ ਤਾਂ, ਤੇ ਵੈਸੇ ਬਹੁਤ ਵਧੀਆ ਇਨਸਾਨ ਆ। ਹੁਣ ਅਸੀਂ ਆ ਗਏ ਆ ਆਰਵ ਦੇ ਸ਼ੂ ਲੈਣ, ਦੇਖਦੇ ਅੰਦਰ ਮਿਲਦਾ ਕਿੱਦਾਂ ਦਾ ਸਮਾਨ ਪਿਊਮਾ ਦਾ। ਤੇ ਕਹਿੰਦਾ ਸੀ ਬੂਟ ਮੈਂ ਇਹਦੇ ਹੀ ਲੈਣੇ ਆ, ਮੈਂ ਕਿਹਾ ਚਲੋ ਇਹਦੇ ਲੈ ਦਿੰਦੇ ਆ। ਸੋ ਚੱਲੇ ਆ ਜੀ ਹੁਣ ਅੰਦਰ, ਜਾਣਾ ਹੀ ਪੈਣਾ। ਸ਼ੂ ਦੇਖੇ ਸੀ ਆਰਵ ਲਈ, ਉਹ ਐਡੀਡਾਸ 'ਚ ਸੀਗੇ, ਮੈਨੂੰ ਭੁਲੇਖਾ ਲੱਗ ਗਿਆ ਜੀ ਕਿ ਪਿਊਮਾ ਦੇ ਆ, ਐਡੀਡਾਸ ਦੇ ਆ ਉਹ। ਸੋ ਹੁਣ ਐਡੀਡਾਸ ਜਾਂਦੇ ਪਏ ਆਪਾਂ। ਸੋ ਇੱਥੇ ਦੇਖਦੇ ਹਾਂ, ਉਹ ਵਾਲਾ ਮਾਡਲ ਮਿਲ ਗਿਆ ਤਾਂ, ਬਹੁਤ ਹਲਕੇ ਸੀਗੇ ਉਹ। ਸੋ ਆਹ ਥੱਲੇ ਤਾਂ ਰੌਣਕ ਮੇਲਾ ਵੀ ਦਿਖਾ ਦਿੰਦਾ ਜਦ ਤੱਕ ਤੁਹਾਨੂੰ, ਦੇਖੋ ਰਾਤ ਨੂੰ ਪੂਰਾ ਰੌਣਕ ਮੇਲਾ ਹੁੰਦਾ। ਆਹ ਦੇਖੋ ਲਾਲੀ ਹੁਣੇ ਵੀ ਦੌੜ ਹੀ ਜਾਂਦੇ ਸਾਨੂੰ ਛੱਡ ਕੇ, ਅਸੀਂ ਪਿੱਛੇ ਪਿੱਛੇ ਐਵੇਂ ਮੰਗਦੇ ਹਾਂ ਤੁਰੇ ਆ ਮੈਂ ਨਾ ਦੇਖ ਲਵਾਂ। ਸੋ ਬਹੁਤ ਸਾਰੀ ਵਰਾਇਟੀ ਦੇਖ ਕੇ ਚੂਜ ਕਰ ਕਰਕੇ ਆਰਵ ਨੇ ਇਹ ਵਾਲੇ ਫਾਈਨਲ ਕੀਤੇ ਹੈ। ਸੋ ਆਹ ਦੇਖੋ, ਤੁਹਾਨੂੰ ਪਤਾ ਲੱਗ ਹੀ ਗਿਆ ਉਹਨਾਂ ਕਿ ਕਿੰਨੇ ਪਸੰਦ ਆਏ, ਮੈਨੂੰ ਦੱਸਣ ਦੀ ਲੋੜ ਨਹੀਂ। ਜਿੱਦਾਂ ਇਹਦੇ ਪੈਰ ਉਛਲਦੇ ਆ, ਰੁੱਕ ਜਾ ਭਰਾਵਾ, ਸੋਹਣੇ ਸ਼ੂਜ਼ ਪੈਰ ਡਿੰਗੇ। ਮੈਂ ਤੁਹਾਨੂੰ ਕਹਿੰਦਾ ਇੱਥੋਂ ਲਿਆ ਕਰੋ ਕੰਪਨੀ ਦੇ, ਹੈ ਨਾ। ਸੋ ਇੱਥੇ ਦੇਖੋ ਕਿੰਨੇ ਸਹੀ ਆ, ਲੈ ਲਓ। ਆਰਵ ਨੇ ਆਹ ਵਾਲੇ ਲਏ ਆ, ਬਹੁਤ ਸੋਹਣੇ ਸ਼ੂ ਆ, ਲਾਈਟ ਵੇਟ ਆ। ਕਹਿੰਦਾ ਟੀ ਸ਼ਰਟ ਵੀ ਇੱਥੋਂ ਲੈਣੀ ਆ, ਅੱਜ ਕੁੰਡਾ ਕਰਾਊਗਾ ਸਾਨੂੰ। ਆਹ ਦੇਖੋ, ਇਹਨਾਂ ਨੇ ਹੋਰ ਸ਼ਾਪਿੰਗ ਕਰ ਲਈ ਆ ਮੈਡਮ ਤੋਂ, ਤੇ ਹੁਣ ਇੱਥੇ ਆ ਕੇ ਹੋਰ ਕੋਲ ਲੈਣ ਲੱਗ ਪਏ। ਫੜਦੀਆਂ ਨੇ ਬੁੜੀਆਂ ਇਹ, ਪਹਿਲਾਂ ਆਨਲਾਈਨ ਮੰਗਾਇਆ, ਹੁਣ ਇੱਥੇ ਆ ਗਏ ਇਹਨਾਂ ਦੀ ਕੰਮ। ਜਾਨੂ ਦਾ ਆਰਵ ਦਾ ਤੇ ਮੰਮੀ ਦੇ ਦਿਸ਼ਮ ਵੀ ਲਈ ਜਾਂਦੇ ਸਮਾਨ। ਤੁਸੀਂ ਕੀ ਲਿਆ? ਮੈਂ ਤਾਂ ਆਪਣਾ ਨਾਈਟ ਸੂਟ ਲਿਆ। ਅੱਛਾ। ਸੋ ਲਓ ਜੀ ਲੈ ਲਿਆ ਜੀ ਇਹਨਾਂ ਨੇ ਵੀ ਸਮਾਨ, ਤੇ ਥੋੜ੍ਹਾ ਜਿਹਾ ਮਹਿੰਗਾ ਮਿਲਿਆ ਇੱਥੋਂ ਪਵਾੜੇ ਨਾਲੋਂ, ਹੈ ਨਾ, ਸਹੀ ਹੈ। ਚਲੋ ਜੀ ਹੁਣ ਕੁਛ ਖਾਂਦੇ ਪੀਂਦੇ ਆਪਾਂ। ਮੈਂ ਤਾਂ ਯਾਰ ਪਹਿਲਾਂ ਮੈਗੀ ਖਾ ਕੇ ਆਇਆ ਸੀ, ਨਾਲ ਕੋਲਡ ਕਾਫੀ ਲਈ ਸੀ ਨੈਸਕੈਫੇ ਤੋਂ। ਤੇ ਚਲੋ ਜੀ, ਕਿਹੜਾ ਬ੍ਰਾਂਡ ਹੈ? ਲਕਸ਼ਿਸ਼ਤਾ ਲਕਸ਼ਿਸ਼ਤਾ ਲਕਸ਼ਿਸ਼ਤਾ
लक्षता जी लक्षता वाले दे शॉपिंग कर ली आप केंद्र आया जी इतने कुर्ते कुर्ते बड़े घैंट आ केंद्र केंद्र आ हूँ की होया चलो खा लो जो खाना और आ जाओ भरावा लो जी गोलगप्पे खा के इस तो बाद आ गए पर्स पुरस देख शॉपिंग तो हम बहुत हो गई हूँ कुछ खा पी लिया जाए तो अच्छी आगे क्या आइसक्रीम खान सो आइसक्रीम ऐसे खा ली हम थोड़ी शूट कर ली ये वीडियोस चक दो फटे दब दो किली तेरे तो राजमा चौल ही मम्मी ने पता नहीं की मंगाया ढेले जाए ढेले जाए पेट पूजा भी हो गई शॉपिंग भी हो गई हूँ चले असी घर सो घर जाते जाते भी असं एक स्लो मोशन ले ही लिता जाए सो स्लो मोशन भी लिया और असी सारी शॉपिंग की एडिडास तो लक्षिता तो बाकी तो कुछ असी बैग जड़े बिच ही फिट करते इदा छोटे छोटे से मैडम वगैरह के सो हूँ चको समान तो चलो घर एंड वन थिंग मोर शॉपिंग करके तो सारे ही खुश हो जाते सो असी भी टपते नचते आ गए घर न So guys, honestly, चले हैं घर की तरफ रवाना हुए हैं घर जाके चैनल का नाम तो भी सब्सक्राइब कर लो आरफ भी आ गया इंस्टाग्राम से फॉलो कर लो या फॉलो कर लो तो आरफ की आई डी हैगी विच वन आरफ द रॉक स्टार तो फटाफट जाके इंस्टाग्राम से फॉलो करो और आरफ दी भी टोर टशन देख लो ये की करता है उ है ना